ਕਲਾ ਕਾਨਾ ਵਾਸਤੇ ਇਨਸਪੀਰੇਸ਼ਨ ਹੋ ਨਾ ਤੁਹਾਨੂੰ ਆ ਪਤਾ ਤਾਂ ਹੈਗਾ ਹੀ ਆ ਪਰ ਤੁਹਾਨੂੰ ਕਿਹਨੇ ਇਨਸਪਾਇਰ ਕੀਤਾ ਮੈਨੂੰ ਸਭ ਤੋਂ ਜ਼ਿਆਦਾ ਸ਼ੌਕਤ ਅਲੀ ਸਾਹਿਬ ਅੱਛਾ ਹਾਂਜੀ ਹਾਂਜੀ ਪਾਕਿਸਤਾਨ ਦੇ ਸਿੰਗਰ ਨੇ ਮੈਂ ਉਹਨਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਮੇਰਾ ਇੱਕ ਸੁਪਨਾ ਸੀ ਜੀ ਮੇਰਾ ਇੱਕ ਡ੍ਰੀਮ ਸੀ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਜਿਹੜਾ ਇਨਸਾਨ ਜਿਹਦੀ ਆਵਾਜ਼ ਜਿਹਦੀ ਗਾਇਕੀ ਮੇਰੇ ਵਿੱਚ ਰਚੀ ਹੋਈ ਹੈ ਅੱਜ ਤੋਂ ਨਹੀਂ 1981-82 ਤੋਂ ਤੇ ਉਹ ਸਾਡੇ ਪੰਜਾਬ ਸਾਡੇ ਘਰ ਆਏ ਹੋਣ ਤਾਂ ਮੈਨੂੰ ਇਦੋਂ ਵੱਡੀ ਕੋਈ ਖੁਸ਼ੀ ਮੈਂ ਬਿਆਨ ਨਹੀਂ ਕਰ ਸਕਦਾ ਮੈਂ ਬਹੁਤ ਸ਼ਾਇਦ ਲੋਕਾਂ ਨੂੰ ਖੁਸ਼ੀ ਮਿਲੀ ਹੋਵੇ ਮੇਰੀ ਗਾਇਕੀ ਤੋਂ ਮੇਰੇ ਫਿਲਮਾਂ ਤੋਂ ਪਰ ਮੈਂ ਅੱਜ ਦਾ ਇਹ ਜਿਹੜਾ ਇਹ ਪਲ ਨੇ ਇਹ ਮੂਮੈਂਟਸ ਨੇ ਜਿਹੜੀਆਂ ਮੈਂ ਕਹਿ ਸਕਦਾ ਕਿ ਅੱਜ ਮੈਨੂੰ ਮੌਤ ਵੀ ਆ ਜਾਵੇ ਤਾਂ ਮੈਂ ਸਮਝੂਗਾ ਕਿ ਮੈਂ ਬਹੁਤ ਜ਼ਿੰਦਗੀ 'ਚ ਬਹੁਤ ਅੱਜ ਕੋਈ ਸ਼ਿਕਾਇਤ ਨਹੀਂ ਮਿਲੀ ਇਸ ਹੱਦ ਜਨੂੰਨ ਤੱਕ ਪਾਗਲਪਨ ਤੱਕ ਮੈਂ ਇਹ ਸ਼ਖਸ ਸ਼ੌਕਤ ਅਲੀ ਸਾਹਿਬ ਇਹਨਾਂ ਨੂੰ ਜ਼ਿੰਦਗੀ 'ਚ ਪਿਆਰ ਕੀਤਾ ਮੈਂ ਇਹਨਾਂ ਨੂੰ ਚਾਹਿਆ ਅਤੇ ਮੈਂ ਇਹਨਾਂ ਦੀ ਡਰਾਈਵਰੀ ਤੱਕ ਮੈਂ ਕੈਨੇਡਾ 'ਚ ਕੀਤੀ ਜਦ ਇਹਨਾਂ ਦੇ ਸ਼ੋਜ਼ ਹੁੰਦੇ ਸੀ ਕਿ ਮੈਨੂੰ ਇਹਨਾਂ ਦੇ ਨੇੜੇ ਹੋਣ ਦਾ ਮੌਕਾ ਮਿਲ ਜਾਵੇ ਅੱਜ ਮੈਥੋਂ ਮੇਰੇ ਜਜ਼ਬਾਤ ਮੇਰੀਆਂ ਫੀਲਿੰਗਸ ਸਾਂਭੀਆਂ ਨਹੀਂ ਜਾ ਰਹੀਆਂ ਕਿ ਮੇਰੀ ਰੂਹ ਅਤੇ ਮੇਰੀ ਕਲਾ ਜੋ ਵੀ ਮਾੜੀ ਮੋਟੀ ਕੁਛ ਮੈਨੂੰ ਸਿੱਧਾ ਗਾਉਣਾ ਆਉਂਦਾ ਉਹ ਸਿਰਫ ਔਰ ਸਿਰਫ ਮੈਂ ਇੱਕੋ ਇਨਸਾਨ ਨੂੰ ਫਾਲੋ ਕੀਤਾ ਆਪਦੀ ਜ਼ਿੰਦਗੀ ਦੇ ਵਿੱਚ ਅਤੇ ਉਹ ਸ਼ੌਕ ਸਾਹਿਬ ਨੂੰ ਸ਼ਾਇਦ ਜਿੱਦਣ ਪਹਿਲੀ ਐਲਬਮ ਚੱਲੀ ਸੀ ਜਾਂ ਫਿਲਮ ਚੱਲੀ ਸੀ ਜਾਂ ਜਿੱਦਣ ਜਵਾਕ ਜੰਮੇ ਸੀ ਵਿਆਹ ਹੋਇਆ ਸੀ ਸ਼ਾਇਦ ਉਹ ਦਿਨ ਦੀ ਖੁਸ਼ੀ ਨਹੀਂ ਅੱਜ ਜਿੰਨੀ ਮੈਨੂੰ ਅੱਜ ਖੁਸ਼ੀ ਹੈ ਸੋ ਸ਼ੌਕ ਸਾਹਿਬ ਮੈਂ ਇੰਨਾ ਹੀ ਕਹੂੰ ਕਿ ਤੁਸੀਂ ਸਾਰਿਆਂ ਵੱਲੋਂ ਬਹੁਤ ਪੜ੍ਹੇ ਲਿਖੇ ਬਹੁਤ ਵੱਡੇ ਵਿਦਵਾਨ ਸਾਡੇ ਪੰਜਾਬ ਦੇ ਮੇਰੇ ਸਾਹਮਣੇ ਬੈਠੇ ਨੇ ਮੈਂ ਸਿਰਫ ਇੰਨਾ ਹੀ ਕਹੂੰ ਕਿ ਤੁਸੀਂ ਘਰ ਸਾਡੇ ਆਏ ਅਸੀਂ ਫੁੱਲੇ ਨਾ ਸਮਾਏ ਸਾਡੇ ਘਰ ਤਸ਼ਰੀਫ ਲਿਆਇਆਂ ਨੂੰ ਅਤੇ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਖੁਸ਼ ਆਮਦੀਦ ਸਵਾਗਤਮ ਮੈਂ ਮੇਰਾ ਕਮਾਲੇ ਫਨ ਤੋਂ ਬਸ ਇਤਨਾ ਹੈ ਇਹ ਜਿਗਰ ਆਪ ਮੁਝ ਪੇ ਛਾ ਗਏ ਮੈਂ ਜ਼ਮਾਨੇ ਪੇ ਛਾ ਗਏ